ਸਾਡੀ STF ਲੁਧਿਆਣਾ ਰੇਂਜ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਾਡੀ ਟੀਮ ਨੇ 2 ਆਰੋਪੀ ਬਿਨੇ ਢੀਗਰਾ ਅਤੇ ਕੁਲਵਿੰਦਰ ਸਿੰਘ ਜੋ ਜਲੰਧਰ ਦੇ ਰਹਿਣ ਵਾਲੇ ਨੇ ਅਤੇ ਜਲੰਧਰ ਦੀ ਮਾਣਯੋਗ ਅਦਾਲਤ ਦੇ ਵਿੱਚੋਂ ਕਈ NDPS ਐਕਟ ਦੇ ਕੇਸਾਂ ਵਿੱਚੋਂ ਜ਼ਮਾਨਤਾਂ ਕਰਾ ਕੇ ਭੱਜੇ ਹੋਏ ਸਨ। ਇਹਨਾਂ ਨੂੰ ਅਸੀਂ ਕੱਲ੍ਹ ਵਰਧਮਾਨ ਲਾਈਟਾਂ ਦੇ ਕੋਲੋਂ 400 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਇਹਨਾਂ ਦੇ ਬਰਖਿਲਾਫ਼ ਮੁਕੱਦਮਾ ਨੰਬਰ 77 ਥਾਣਾ ਡਿਵੀਜ਼ਨ ਨੰਬਰ 7 ਲੁਧਿਆਣਾ ਦੇ ਵਿੱਚ NDPS ਐਕਟ ਦਾ ਦਰਜ ਕਰਾ ਕੇ ਕਾਬੂ ਕੀਤਾ। ਜਦੋਂ ਇਹਨਾਂ ਤੋਂ ਪੁੱਛਗਿੱਛ ਕੀਤੀ ਤਾਂ ਇਹਨਾਂ ਨੇ ਦੱਸਿਆ ਕਿ ਉਹ ਆਪਣੇ ਨਸ਼ੇ ਦੀ ਪੂਰਤੀ ਅਤੇ ਘਰ ਦੇ ਗੁਜ਼ਾਰੇ ਦੇ ਵਾਸਤੇ ਹੈਰੋਇਨ ਵੇਚਦੇ ਹਨ ਅਤੇ ਸਸਤੇ ਭਾਅ ਦੇ ਵਿੱਚ ਕਈ ਜਗ੍ਹਾ ਤੋਂ ਇਹ ਹੈਰੋਇਨ ਖਰੀਦ ਕੇ ਲਿਆਉਂਦੇ ਹਨ ਅਤੇ ਮਾਣਯੋਗ ਅਦਾਲਤ ਜਲੰਧਰ ਦੀ ਮਾਣਯੋਗ ਅਦਾਲਤ ਦੇ ਵਿੱਚੋਂ ਜ਼ਮਾਨਤ ਕਰਾ ਕੇ ਭੱਜੇ ਹੋਏ ਹਨ। ਸਰ, ਇਹਨਾਂ ਦੀ ਬੈਕਗ੍ਰਾਉਂਡ ਕੀ ਹੈ? ਇਹ ਦੋਵੇਂ ਆਰੋਪੀ ਜਿਹੜੇ ਆਪ ਵੀ ਹੈਰੋਇਨ ਦੇ ਨਸ਼ੇ ਕਰਨ ਦੇ ਆਦੀ ਹਨ ਅਤੇ ਇੰਜੈਕਸ਼ਨ ਵੀ ਲਾਉਂਦੇ ਹਨ। ਬਿਨੇ ਢੀਗਰਾ ਦਾ ਫਾਦਰ ਜਿਹੜੇ ਨੇ ਉਹਨਾਂ ਦੀ ਵੀ ਪਹਿਲਾਂ ਜਲੰਧਰ ਦੇ ਵਿੱਚ ਦਵਾਈਆਂ ਦੀ ਦੁਕਾਨ ਸੀਗੀ, ਜਿਹੜਾ ਨਸ਼ੀਲੀਆਂ ਦਵਾਈਆਂ ਵੇਚਣ ਕਰਕੇ ਉਹਦਾ ਲਾਇਸੈਂਸ ਵੀ ਕੈਂਸਲ ਹੋ ਚੁੱਕਾ ਹੈ।